ਜਿਹੜੇ ਪਹਿਲੇ ਪ੍ਰਧਾਨ ਸੀ ਬੜੇ ਬੜੇ ਜ਼ੋਰ ਸ਼ੋਰ ਦੇ ਨਾਲ ਪਾਉਂਦੇ ਆ ਟਵੀਟੋ ਟਵੀਟੀ ਹੁੰਦੇ ਆ ਉਹ ਹੈਂ ਕਦੇ ਚੁੱਕੀ ਉਹਨਾਂ ਨੇ ਇਹ ਜੀ ਗੱਲ ਹੈਂ ਗੱਲ ਨੂੰ ਸਮਝ ਕਿ ਸਵਾਲ ਇਹ ਹੈ ਕਿ ਅੱਜ ਦੀ ਡੇਟ ਦੇ ਵਿੱਚ ਤੁਸੀਂ ਪਿੰਡਾਂ 'ਚ ਜਾ ਕੇ ਦੇਖੋ ਕਿਸੇ ਨਾਲ ਗੱਲ ਕਰਕੇ ਵੇਖੋ ਇਹ ਬਹੁਤ ਵੱਡੇ ਮੁੱਦੇ ਨੇ ਔਰ ਇਹ ਇਨਵੈਸਟੀਗੇਸ਼ਨ ਕੰਪਲੀਟ ਹੋਣੀ ਨਹੀਂ ਜਦ ਤੱਕ ਉਹ ਬਲੈਂਕਟ ਬੇਲ ਟੁੱਟਣੀ ਨਹੀਂ ਉਹ ਕੜੀ ਜੁੜਨੀ ਨਹੀਂ ਦ ਚੇਨ ਇਜ਼ ਐਸ ਸਟਰੋਂਗ ਐਸ ਦੀ ਵੀਕੈਸਟ ਲਿੰਕ ਇਹ ਸਾਡੀ ਕਮਜ਼ੋਰ ਕੜੀ ਹੈ ਇਹਨੂੰ ਤਗੜਾ ਕਰੀਏ ठोके रेता इना क्या फ्री मैं क्या फ्री नहीं होना इन इस तरह करो ते जे नहीं होया ते कहना ते भाई ਉਹ ਵੀ ਤੇ ਮੰਨਦੇ ਆ ਵੀ ਪਾਰਟੀ ਸੁਪਰੀਮ ਪਰ ਸਰ ਦੋ ਤੁਸੀਂ ਕਿਹਾ ਆਧਾਰਸ਼ਿਲਾ ਸੀਗੀਆਂ ਦੋ ਦੋ ਚੀਜ਼ਾਂ ਦੇਖੋ ਮੈਂ ਤੁਹਾਨੂੰ ਫੇਰ ਕਹਿ ਰਿਹਾ ਕਿ ਇਹ ਹਰ ਤਰ੍ਹਾਂ ਦਾ ਤਾਲਮੇਲ ਹੈ ਲੇਕਿਨ ਕੋਈ ਇਹ ਨਾ ਕੱਲ ਨੂੰ ਕਵੇ ਕਿ ਸਿੱਧੂ ਸਾਹਿਬ ਤੂੰ ਪਬਲਿਕ ਨੂੰ ਜਵਾਬ ਦੇਈ ਸੀ ਤੇ ਤੂੰ ਪਬਲਿਕ ਦੇ ਵਿੱਚ ਜਵਾਬ ਨਹੀਂ ਦਿੱਤੇ ਮੈਂ ਪਹਿਲੇ ਦਿਨ ਦਾ ਜਵਾਬ ਦਿੰਦਾ ਮਾੜੇ ਰੱਖੂਗਾ ਬਸ ਵਿਧਾਨ ਸਭਾ ਤੋਂ ਲੈ ਕੇ ਲੋਕਾਂ ਦੀ ਅਦਾਲਤ ਚ ਜਦੋਂ ਦੀ ਸਰਕਾਰ ਬਣੀ ਹੈ ਮੈਂ ਉਦੋਂ ਦਾ ਜਵਾਬ ਦਿੰਦਾ ਜਿਹੜੇ ਪਹਿਲੇ ਪ੍ਰਧਾਨ ਸੀ ਬੜੇ ਬੜੇ ਜ਼ੋਰ ਸ਼ੋਰ ਦੇ ਨਾਲ ਪਾਉਂਦੇ ਆ ਟਵੀਟੋ ਟਵੀਟੀ ਹੁੰਦੇ ਆ ਉਹ ਹੈਂ ਕਦੇ ਚੁੱਕੀ ਉਹਨਾਂ ਨੇ ਇਹ ਜੀ ਗੱਲ ਹੈਂ ਗੱਲ ਨੂੰ ਸਮਝ ਕਿ ਸਵਾਲ ਇਹ ਹੈ ਕਿ ਅੱਜ ਦੀ ਡੇਟ ਦੇ ਵਿੱਚ ਤੁਸੀਂ ਪਿੰਡਾਂ 'ਚ ਜਾ ਕੇ ਦੇਖੋ ਕਿਸੇ ਨਾਲ ਗੱਲ ਕਰਕੇ ਵੇਖੋ ਇਹ ਬਹੁਤ ਵੱਡੇ ਮੁੱਦੇ ਨੇ ਔਰ ਇਹ ਇਨਵੈਸਟੀਗੇਸ਼ਨ ਕੰਪਲੀਟ ਹੋਣੀ ਨਹੀਂ ਜਦ ਤੱਕ ਉਹ ਬਲੈਂਕਟ ਬੇਲ ਟੁੱਟਣੀ ਨਹੀਂ ਉਹ ਕੜੀ ਜੁੜਨੀ ਨਹੀਂ ਦ ਚੇਨ ਇਜ਼ ਐਸ ਸਟਰੋਂਗ ਐਸ ਦੀ ਵੀਕੈਸਟ ਲਿੰਕ ਇਹ ਸਾਡੀ ਕਮਜ਼ੋਰ ਕੜੀ ਹੈ ਇਹਨੂੰ ਤਗੜਾ ਕਰੀਏ ਪਰ ਸਿੱਧੂ ਸਾਹਿਬ ਤੁਹਾਡੇ ਤੇ ਉਮੀਦ ਹੈ ਲੋਕਾਂ ਨੂੰ ਪਰ ਤੁਹਾਡੇ ਤੇ ਲੋਕਾਂ ਨੂੰ ਉਮੀਦ ਹੈ ਪਰ ਉਹ ਆਪਣੀ ਮੇਰੀ ਗੱਲ ਨੂੰ ਸੁਣੋ ਪ੍ਰਧਾਨ ਦੀ ਸੁਣਾਈ ਕਿਉਂ ਨਹੀਂ ਹੋ ਰਹੀ ਬਈ ਪ੍ਰਧਾਨ ਨੇ ਕਿਹਾ ਬਿਜਲੀ ਦੇ ਟੈਰਿਫ ਰੇਟ ਸਿੱਟੋ ਕਿਸੇ ਹੋਰ ਨੇ ਤਾਂ ਨਹੀਂ ਕਿਹਾ ਸੀ ਉਹ 6 ਮਹੀਨਿਆਂ ਦਾ ਕਹਿਣਾ ਮੈਂ 6 ਮਹੀਨਿਆਂ ਦਾ ਕਹਿਣਾ ਟੈਰਿਫ ਰੇਟ ਸਿੱਟੋ ਤੇ ਟੈਰਿਫ ਰੇਟ ਡਿਗੇ ਠੋਕੇ ਰੇਤਾ ਇਹਨਾਂ ਕਿਹਾ ਫਰੀ ਮੈਂ ਕਿਹਾ ਫਰੀ ਨਹੀਂ ਹੋਣਾ ਇਹਨੂੰ ਇਸ ਤਰ੍ਹਾਂ ਕਰੋ ਤੇ ਜੇ ਨਹੀਂ ਹੋਇਆ ਤੇ ਕਹਿਣਾ ਤੇ ਭਾਈ ਉਹ ਵੀ ਤੇ ਮੰਨਦੇ ਆ ਵੀ ਪਾਰਟੀ ਸੁਪਰੀਮ ਪਰ ਸਰ ਦੋ ਤੁਸੀਂ ਕਿਹਾ ਆਧਾਰਸ਼ਿਲਾ ਸੀਗੀਆਂ ਦੋ ਦੋ ਚੀਜ਼ਾਂ ਮੈਂ ਤੁਹਾਨੂੰ ਫੇਰ ਕਹਿ ਰਿਹਾ ਕਿ ਇਹ ਹਰ ਤਰ੍ਹਾਂ ਦਾ ਤਾਲਮੇਲ ਹੈ ਲੇਕਿਨ ਕੋਈ ਇਹ ਨਾ ਕੱਲ ਨੂੰ ਕਵੇ ਕਿ ਸਿੱਧੂ ਸਾਹਿਬ ਤੂੰ ਪਬਲਿਕ ਨੂੰ ਜਵਾਬ ਦੇਈ ਸੀ ਤੇ ਤੂੰ ਪਬਲਿਕ ਦੇ ਵਿੱਚ ਜਵਾਬ ਨਹੀਂ ਦਿੱਤੇ ਮੈਂ ਪਹਿਲੇ ਦਿਨ ਦਾ ਜਵਾਬ ਦਿੰਦਾ ਮਾੜੇ ਰੱਖੂਗਾ ਬਸ ਵਿਧਾਨ ਸਭਾ ਤੋਂ ਲੈ ਕੇ ਲੋਕਾਂ ਦੀ ਅਦਾਲਤ ਚ ਜਦੋਂ ਦੀ ਸਰਕਾਰ ਬਣੀ ਹੈ ਮੈਂ ਉਦੋਂ ਦਾ ਜਵਾਬ ਦਿੰਦਾ